ਚੈਨਲ ਇੰਡੀਆ ਕ੍ਰਾਈਮ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਮੈਂ ਹਾਂ ਰਿੰਕੂ ਰਾਜਾ ਮੇਰੇ ਨਾਲ ਆ ਪੰਜਾਬ ਬਿਊਰੋ ਚੀਫ ਮੈਡਮ ਨਰਿੰਦਰ ਕੌਰ ਪਰੇਵਾਲ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਬਟਾਲਾ ਸ਼ਹਿਰ ਸਭ ਤੋਂ ਪਹਿਲਾਂ ਨਗਰ ਕਾਉਂਸਲ ਹੁੰਦਾ ਸੀ ਉਸ ਤੋਂ ਬਾਅਦ ਨਗਰ ਨਿਗਮ ਦਾ ਦਰਜਾ ਮਿਲਿਆ ਕਾਂਗਰਸ ਪਾਰਟੀ ਦੇ ਆ ਸ਼ਾਸਨ ਕਾਲ ਦੇ ਵਿੱਚ ਉਸ ਤੋਂ ਬਾਅਦ ਪਹਿਲੀ ਨਗਰ ਨਿਗਮ ਦੀ ਇਲੈਕਸ਼ਨ 14 ਫਰਵਰੀ ਨੂੰ ਕੀਤੀ ਗਈ 17 ਫਰਵਰੀ ਨੂੰ ਉਸ ਦਾ ਰਿਜ਼ਲਟ ਆਇਆ ਜਿਸ ਵਿੱਚ ਕਾਂਗਰਸ ਪਾਰਟੀ ਨੇ ਆ ਭਾਰੀ ਮੁਹਬਤ ਪ੍ਰਾਪਤ ਕੀਤਾ 36 ਸੀਟਾਂ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਕਾਂਗਰਸ ਦੀ ਹੁਣ ਕਮੇਟੀ ਬੰਨੀ ਬਿਲਕੁਲ ਤੈਅ ਹੋ ਚੁੱਕੀ ਹੈ ਪਰ ਬਟਾਲਾ ਵਾਸੀ ਅਜੇ ਵੀ ਇੰਤਜ਼ਾਰ ਕਰ ਰਹੇ ਹੈ ਕਿ ਨਗਰ ਨਿਗਮ ਦਾ ਪਹਿਲਾ ਮੇਅਰ ਕੌਣ ਹੋਏਗਾ ਸਾਡੇ ਨਾਲ ਬੜੇ ਸੂਝਵਾਨ ਕਾਂਗਰਸੀ ਪੁਰਾਣੇ ਵਰਕਰ ਜੋ ਪੀੜੀਦਰ ਪੀੜੀ ਭਾਗਦਰ ਨਾਲ ਜੁੜੇ ਹੋਏ ਹਨ ਅਤੇ ਵਾਰਡ ਨੰਬਰ 8 ਤੋਂ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਐਮਸੀ ਦੇ ਤੌਰ ਤੇ ਆ ਕਸਤੂਰੀ ਲਾਲ ਜੀ ਕਾਲਾ ਮੌਜੂਦ ਹਨ ਆਓ ਉਹਨਾਂ ਦੇ ਕੋਈ ਵਿਚਾਰ ਜਾਣਦੇ ਹਾਂ ਸਸਿਕਲ ਸਰ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਲਗਭਗ 1 ਮਹੀਨੇ ਤੋਂ ਉੱਪਰ ਹੋ ਚੁੱਕਾ ਜਿੱਤ ਹੋਈ ਨੂੰ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਈ ਹੈ ਆ ਅਜੇ ਤੱਕ ਮੇਅਰ ਦਾ ਅਨਾਉਂਸ ਨਹੀਂ ਹੋਣਾ ਇਹਦਾ ਕੀ ਕਰਨਾ ਹੈ ਵੇਖੋ ਜੀ ਕਰਨੇ ਦੇ ਹੋਈ ਐ ਭਈ ਇਹ ਹਾਈ ਕਮਾਂਡ ਦਾ ਕੰਮ ਹੈ ਕੈਪਟਨ ਸਾਹ ਦਾ ਕੰਮ ਹੈ ਸੁਨੀਲ ਜਾਖੜ ਜੀ ਦਾ ਕੰਮ ਹੈ ਕਿ ਕਮੇਟੀ ਕਦੋਂ ਓਕੇ ਕਰਨੀ ਐ ਨਹੀਂ ਕਰਨੀ ਲੇਟ ਕਰਨੀ ਐ ਪਹਿਲਾਂ ਜੋ ਵੀ ਐ ਉਹ ਸਾਰਾ ਮੈਨੇਜਮੈਂਟ ਹਾਈ ਕਮਾਂਡ ਨੂੰ ਪਤਾ ਜੀ ਆ ਤੁਸੀਂ ਕੀ ਸਮਝਿਓ ਆਪਣੀ ਤੁਸੀਂ ਸੂਝ ਬੂਝ ਦੇ ਮੁਤਾਬਕ ਕਿ ਕਿਸ ਨੂੰ ਮੇਅਰ ਹੋਣਾ ਚਾਹੀਦਾ ਤੇ ਕਿਉਂ ਹੋਣਾ ਚਾਹੀਦਾ ਵੇਖੋ ਜੀ ਜੋ ਮੇਰੀ ਸੋਚ ਹੈ ਮੇਰੀ ਸੋਚ ਤੇ ਹੋ ਕਹਿੰਦੀ ਐ ਭਈ ਅੱਜ ਲਗਭਗ ਮੈਨੂੰ 30-35 ਸਾਲ ਹੋ ਚੁੱਕੇ ਹਨ ਇਸ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆ ਤੇ ਅੱਜ ਤੱਕ ਮੈਂ ਜਿੰਨਾ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਸਾਹਿਬ ਨੇ ਬਟਾਲੇ 'ਚ ਵਿਕਾਸ ਕੀਤਾ ਮੇਰੇ ਖਲ ਮੇਰੀ ਹੋਸ਼ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ ਜੋ ਅੱਜ ਅੱਖਾਂ ਦੇ ਨਾਲ ਨਜ਼ਰ ਆ ਰਿਹਾ ਹੈ ਇਹ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਦੀ ਰਹਿਨਮਾਈ ਹੇਠ ਜੋ ਵਿਕਾਸ ਹੋਇਆ ਵਿਕਾਸ ਇੰਨੀ ਤੇਜ਼ੀ ਨਾਲ ਹੋਇਆ ਕਿ ਜਿਹੜੀਆਂ ਜਿਹੜੇ ਕਿਸੇ ਬਜ਼ੁਰਗ ਨੂੰ ਕਿਸੇ ਬੱਚੇ ਨੂੰ ਕਿਸੇ ਨੂੰ ਵੀ ਪੁੱਛ ਲਵੋ ਉਹ ਇਹੋ ਗੱਲ ਕਹਿੰਦਾ ਵਾ ਭਈ ਜਿਹੜਾ ਵਿਕਾਸ ਹੋਇਆ ਪਹਿਲੀ ਵਾਰ ਵੇਖਿਆ ਵਾ ਪੂਰੇ 70 ਸਾਲਾਂ ਦੇ ਵਿੱਚ ਪਹਿਲੀ ਵਾਰ ਵੇਖਿਆ ਐਨਾ ਵਿਕਾਸ ਹੁੰਦਾ ਬਾਕੀ ਗੱਲ ਰਹਿ ਗਈ ਤੁਸੀਂ ਮੇਅਰ ਦੀ ਕਰ ਰਹੇ ਹੋ ਮੇਰਾ ਖਿਆਲ ਹੈ ਕਿ ਮੇਅਰ ਤੇ ਉਸ ਨੂੰ ਬਣਾਉਣਾ ਚਾਹੀਦਾ ਕਿ ਜਿਨ ਨੇ ਇਸ ਤ੍ਰਿਪਤਰ ਜਿੰਦਰ ਸਿੰਘ ਬਹਾਜਵਾਲ ਦੇ ਰਹਿਨਮਾਈ ਹੇਠ ਰਹਿ ਕੇ ਉਹਨਾਂ ਦੀ ਛਤਰ ਸ਼ਾਹ ਤੇ ਹੇਠ ਰਹਿ ਕੇ ਆਪਣੇ ਸੁਖਦੀਪ ਸਿੰਘ ਜੀ ਸੁਖ ਤੇਜਾ ਸਾਡੇ ਚੇਅਰਮੈਨ ਸਾਹਿਬ ਮੇਰਾ ਖਿਆਲ ਤੇ ਉਹਨਾਂ ਨੂੰ ਬਣਾਉਣਾ ਚਾਹੀਦਾ ਕਿਉਂ ਕਿ ਉਹਨਾਂ ਨੇ ਗਰਾਉਂਡ ਲੈਵਲ ਤੇ ਕੰਮ ਕੀਤਾ ਜਿਮੀਨੀ ਲੈਵਲ ਤੇ ਕੰਮ ਕੀਤਾ ਉਹਨਾਂ ਦਿਨ ਰਾਤ ਕੀਤਾ ਬਟਾਲੇ ਵਾਸਤੇ ਕਿਉਂਕਿ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਇੱਕ ਮੇਰਾ ਦੋਸਤ ਰਮੇਸ਼ ਕੁਮਾਰ ਬੂਰਾ ਉਹ ਵੀ ਸ਼ਾਮਲ ਸੀ ਸਾਡੇ ਗਾਂਧੀ ਨਗਰ ਕੈਂਪ ਦੇ ਵਿੱਚ ਦੇਖੋ ਇਹਨਾਂ 2.5 ਕਰੋੜ ਰੁਪਇਆ ਤੇ ਰਿਪਤਿੰਦਰ ਸਿੰਘ ਬਾਜਵਾ ਸਾਹਿਬ ਨੇ ਦਿੱਤਾ ਔਰ 2.5 ਕਰੋੜ ਰੁਪਏ ਜਿਹੜਾ ਦਿੱਤਾ ਉਹ ਨਜ਼ਰ ਆ ਰਿਹਾ ਉਹ ਲੋਕਾਂ ਨੂੰ ਨਜ਼ਰ ਆ ਰਿਹਾ ਅੱਜ ਜੇ ਗਾਂਧੀ ਨਗਰ ਕੈਂਪ ਦੇ ਵਿੱਚੋਂ ਦੋ ਸੀਟਾਂ ਵਾਰਡ ਨੰਬਰ ਇਹ 7 ਵਿੱਚ ਤੇ 8 ਵਿੱਚ ਜਿਹੜੀ ਜਿੱਤ ਹੋਈ ਹੈ ਔਰ ਜਿਹੜੀ ਵਾਰਡ ਨੰਬਰ 6 ਵਿੱਚ ਵੀ ਥੋੜੀਆਂ ਵੋਟਾਂ ਤੋਂ ਹਾਰ ਹੋਈ ਹੈ ਤੁਸੀਂ ਸਮਝ ਲਓ ਕਿ ਸਾਡੀ ਤਿੰਨ ਹੀ ਸੀਟਾਂ ਨਿਕਲੀਆਂ ਨੇ ਜੇਕਰ ਮੰਨਿਆ ਜਾਵੇ ਤੇ ਇਹ ਜਿਹੜਾ ਸਾਡੇ 3 ਸੀਟਾਂ ਦੇ ਜਿੱਤ ਹੋਈ ਆ ਇਹ ਸਮਝ ਲਓ ਵਿਕਾਸ ਦੇ ਸਿਰਤ ਹੋਈ ਆ ਪਾਰਟੀ ਦਾ ਨਾਂ ਤੇ ਸਿਰਤ ਹੋਈ ਆ ਔਰ ਸਾਡੇ ਅਸਰ ਸੁਖ ਦੇ ਸਿਰਤ ਹੋਈ ਆ ਔਰ ਜੋ ਸੁਖਦੀਪ ਸਿੰਘ ਤੇਜਾ ਸਾਹਿਬ ਨੇ ਜੋ ਕੰਮ ਕੀਤੇ ਨੇ ਇਹ ਨਹੀਂ ਪ ਗਾਂਧੀ ਨਗਰ ਚ ਕੰਮ ਕੀਤੇ ਨੇ ਉਹ ਸਾਰੇ ਬਟਾਲੇ ਸ਼ਹਿਰ ਦੇ ਵਿੱਚ ਉਹਨਾਂ ਇੱਕ ਇੱਕ ਚੀਜ਼ ਦੀ ਇੱਕ ਇੱਕ ਗਲੀ ਇੱਕ ਇੱਕ ਨਾਲੀ ਦੀ ਦੇਖਭਾਲ ਕੀਤੀ ਆ ਸਿਰ ਤੇ ਖਲੋ ਕੇ ਕਰਵਾਇਆ ਔਰ ਨਾਲ ਚੈਲੰਜ ਵੀ ਕੀਤਾ ਚਾਹੇ ਕੋਈ মিডিਆ ਵਾਲਾ ਕੋਈ ਪੱਤਰਕਾਰ ਚਾਹੇ ਕੋਈ ਵੀ ਹੈ ਜਿਹੜਾ ਆਪਣੇ ਆਪ ਨੂੰ ਸ਼ੇਰ ਕੱਟ ਰੱਖਦਾ ਅੱਜ ਪੂਰੇ ਵਿਰੋਧੀਆਂ ਧਿਰਾਂ ਦੇ ਮੂੰਹ ਬੰਦ ਕੀਤੇ ਪਏ ਨੇ ਉਹ ਇਸ ਕਰਕੇ ਕੀਤੇ ਪਏ ਨੇ ਕਿ ਵਿਕਾਸ ਚ ਕਿਸੇ ਤਰ੍ਹਾਂ ਦੀ ਕੋਈ ਛਲਕਪੜ ਨਹੀਂ ਕੋਈ ਬੇਈਮਾਨੀ ਨਹੀਂ ਕੋਈ ਹਿਰਾਫੇਰੀ ਨਹੀਂ ਕੋਈ ਕਮਿਸ਼ਨ ਵਾਲਾ ਚੱਕਰ ਨਹੀਂ ਇਸ ਕਰਕੇ ਮਤਲਬ ਕਿ ਮੈਂ ਜਿਹੜਾ ਸੁਖਦੀਪ ਸਿੰਘ ਸੁਖ ਤੇਜਾ ਇਹ ਰੱਜਾ ਪੂਜਾ ਇੱਕ ਜੱਟ ਜ਼ਿਮੀਂਦਾਰ ਆ ਇੱਥੇ ਮਸਲੇ ਉੱਠਦੇ ਨੇ ਬਟਾਲੇ ਸ਼ਹਿਰ ਦੇ ਵਿੱਚ ਉਹ Hindu ਹੋਣਾ ਚਾਹੀਦਾ ਮੈਂ ਕਹਿੰਨਾ ਚਾਹੇ ਕੋਈ ਵੀ ਹੋਏ ਜਿਹੜਾ ਕੰਮ ਕਰਦਾ ਮੇਅਰ ਬਣਨ ਦਾ ਹੱਕਦਾਰ ਵੀ ਹੋਈ ਹੈ ਅੱਜ 36 ਸੀਟਾਂ ਦਾ ਜਿਹੜਾ ਦਾਵਾ ਕੀਤਾ ਸੁਖਦੀਪ ਸਿੰਘ ਤੇਜਾ ਦੀ ਮਿਹਰਬਾਨੀ ਨਾਲ ਹੋਇਆ ਉਹਨਾਂ ਆਪਣੀ ਮਰਜ਼ੀ ਦੇ ਨਾਲ ਬੰਦੇ ਵੇਖੇ ਨੇ ਕਿਹੜੇ ਇਮਾਨਦਾਰ ਨੇ ਭਲੇ ਮਨਸ਼ ਨੇ شریف ਨੇ ਜਿਨ੍ਹਾਂ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਸਾਰੇ ਜਿੱਤੇ ਨੇ हां तो सी गल कीती है कि सुख तेजा नु पहला मेयर होना चाहिदा है सूत्रां ਦੇ حوالے ਤੋਂ ਵੀ ਇਹੀ ਪਤਾ ਲੱਗ ਰਿਹਾ ਹੈ ਇਲਾਕੇ ਦੇ ਵਸਨੀਕਾਂ ਦੀ ਲਗਭਗ ਇਹ ਆਵਾਜ਼ ਆ ਰਹੀ ਹੈ ਫਿਰ ਅਜੇ ਤੱਕ ਇੰਨੀ ਦੇਰੀ ਹੋਣੀ ਜਾਂ ਹੋ ਸਕਦਾ ਕੁਝ ਸੂਤਰਾਂ ਦੇ ਮੁਤਾਬਕ ਇਹ ਵੀ ਖਬਰ ਆ ਰਹੀ ਹੈ ਕਿ ਔਰਤ ਵੀ ਕੋਈ ਮੇਅਰ ਹੋਣੀ ਚਾਹੀਦੀ ਹੈ ਇਦਾਂ ਕੋਈ ਗੱਲ ਆ ਰਹੀ ਸਾਹਮਣੇ ਕੋਈ ਕਿਸੇ ਨੇ ਦਾਵਾ ਵੀ ਨਹੀਂ ਕੀਤਾ ਤੇ ਨਾ ਕਿਸੇ ਦੀ ਕੋਈ ਬਿਆਨਬਾਜ਼ੀ ਆਈ ਹੈ ਕਿ ਲੇਡੀਜ਼ ਹੋਣੀ ਚਾਹੀਦੀ ਆ ਸਾਰੇ ਜਿੰਨੇ ਸਾਡੇ 36 ਦੇ 36 ਅਮਸੀ ਨੇ ਉਹਨਾਂ ਸਾਰਿਆਂ ਨੇ ਸੁਖ ਤੇ ਜਿੱਦ ਮੋਰ ਲਗਾ ਕੇ ਰੱਖੀ ਹੈ ਜੀ ਆ ਤੁਹਾਡੀ ਹੁਣ ਸ਼ਾਨਦਾਰ ਕਮੇਟੀ ਬਣੀ ਆ ਚਲੋ ਮੇਅਰ ਦਾ ਨਾਮ ਅਨਾਉਂਸ ਹੋਏਗਾ ਜਿਹੜਾ ਵੀ ਮੇਅਰ ਹੋਏਗਾ ਕਾਬਲ ਤੁਸੀਂ ਕਿਹਾ ਉਹ ਬੰਨਣਾ ਚਾਹੀਦਾ ਤੁਸੀਂ ਜਨਤਾ ਨੂੰ ਕੀ ਵਾਅਦੇ ਕਰਨੇ ਚਾਹੋਗੇ ਕਿ ਜਿੱਦਾਂ ਵਿਕਾਸ ਦੇ ਨਾਲ ਤੁਸੀਂ ਵੋਟਾਂ ਲਈਆਂ ਆਉਣ ਵਾਲੇ ਭਵਿੱਖ ਵਿੱਚ ਕਾਂਗਰਸ ਪਾਰਟੀ ਦਾ ਕੀ ਹੋਏਗਾ ਵਿਕਾਸ ਪ੍ਰਤੀ ਨਜ਼ਰੀਆ ਦੇਖੋ ਮੈਂ ਫੇਰ ਉਹ ਹੀ ਗੱਲ ਕਰਨ ਲੱਗਾ ਵਾਂ ਕਿ ਜਿੰਨਾ ਵਿਕਾਸ ਹੋਇਆ ਔਰ ਬਾਜਵਾ ਸਾਹਿਬ ਦੇ ਜੋ ਬਿਆਨ ਹੋਏ ਨੇ ਕੰਨ ਵੀ ਗੱਲ ਹੋ ਰਹੀ ਸੀ ਸਿੰਨਿਸ ਕੈਂਡੀ ਸਕੂਲ ਕਿਹਾ ਹੀ ਉੱਥੇ ਵੀ ਉਹਨਾਂ ਇਹੋ ਗੱਲ ਕਹਿਆ ਕਿ ਕਿਸੇ ਸਕੂਲ ਦੇ ਵਿੱਚ ਜਿੰਨੇ ਸਮਾਰਟ ਸਕੂਲ ਬਣ ਰਹੇ ਨੇ ਇਹ ਕਾਂਗਰਸ ਦੀ ਬਦੌਲਤ ਹੈ ਜਿੰਨਾ ਵਿਕਾਸ ਬਟਾਲੇ 'ਚ ਹੋ ਰਿਹਾ ਕਾਂਗਰਸ ਦੀ ਬਦੌਲਤ ਹੈ ਬਾਕੀ ਭਾਜੀ ਸੁਖ ਤੇ ਜਿਹਦੀ ਜਿਹਦੀ ਗੱਲ ਕਰੀਏ ਤੇ ਜੇਕਰ ਉਹਨਾਂ ਦੀ ਇਮਾਨਦਾਰੀ ਵਾਲੀ ਝਲਕ ਮਾਰੀਏ ਜਿੱਦਾਂ ਉਹ ਸ਼ਰੀਫ ਨੇ ਇਮਾਨਦਾਰ ਨੇ ਉਦਾਂ ਦਾ ਸਾਡਾ ਲੀਡਰ ਤਰਜਿੰਦਰ ਸਿੰਘ ਬਾਜਵਾ ਸਾਹਿਬ ਉਹ ਵੀ ਇਮਾਨਦਾਰ ਨੇ ਸ਼ਰੀਫ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਾਅਵੇਦਾਰੀ ਨਹੀਂ ਕੋਈ ਬਈ ਬਾਨੀ ਸ਼ਾਲ ਕਪੜ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਇਸ ਕਰਕੇ ਜਿਹੜਾ ਸਾਡਾ ਆਣ ਵਾਲਾ ਸਮਾਂ ਹੈ ਨਾ ਜਿੱਦਾਂ ਹੁਣ ਵਿਕਾਸ ਹੋਇਆ ਇਹਦੇ ਨਾਲੋਂ ਹਜ਼ਾਰ ਗੁਣਾ ਤੇਜ਼ੀ ਦੇ ਨਾਲ ਵਿਕਾਸ ਹੋਣਾ ਜਿਹੜੀ ਆਣ ਵਾਲੀ ਸਰਕਾਰ ਆ ਬਾਈ ਦੇ ਵਿੱਚ ਉਹ ਬਿਲਕੁਲ ਪਿਓਰ ਚੰਗੀ ਮਤਲਬਕ ਲੀਡ ਦੇ ਨਾਲ ਸਾਰੇ ਐਮਐਲਏ ਜਿੱਤਣਗੇ ਆ ਕਾਲਾ ਸਾਹਿਬ ਇੱਕ ਹੋਰ ਗੱਲ ਕਰ ਲਈਏ 2022 ਦੇ ਵਿੱਚ ਹੁਣ ਅੱਗੇ ਵਿਧਾਨ ਸਭਾ ਚੋਣਾਂ ਵੀ ਆਉਣ ਵਾਲੀਆਂ ਉਹਦੇ ਬਾਰੇ ਜੇ ਗੱਲ ਕਰ ਲਈਏ ਇੱਕ ਛੋਟੀ ਜੀ ਕਿ ਕਾਂਗਰਸ ਦਾ ਹੁਣ ਕੀ ਰਣਨੀਤੀ ਹੈ ਉਹਨੂੰ ਉਸ ਚੋਣਾਂ ਨੂੰ ਲੈ ਕੇ ਕਿਉਂਕਿ ਲਗਭਗ ਇਹਨਾਂ ਨੇ ਨਗਰ ਨਿਗਮ ਦੀਆਂ ਚੋਣਾਂ ਜਿੱਤ ਲਈਆਂ ਹਨ ਤੇ 2022 ਦੇ ਵਿੱਚ ਤੁਹਾਡੀ ਕੀ ਰਣਨੀਤੀ ਰਹੇਗੀ ਦੇਖੋ 2022 ਦੀ ਰਣਨੀਤੀ ਹੋਰ ਜੇਕਰ ਤੁਸੀਂ ਆਪ ਵੀ ਕਹਿ ਰਹੇ ਹੋ ਕਿ ਜਿੰਨੇ ਨਗਰ ਨਿਗਮ ਨੇ ਇਹ ਸਾਰੇ ਇਲੈਕਸ਼ਨ ਜਿੱਤੇ ਸਾਡੇ ਜਿੰਨੇ ਵੀ ਐਮਸੀ ਬਣੇ ਨੇ ਮੇਰਾ ਖਿਆਲ ਹੈ ਕਿ ਜਿੰਨੇ ਕ ਐਮਸੀ ਜਿੱਤੇ ਨੇ ਕਿਸੇ ਗਰਦਾਸਪੁਰ ਦਾ ਵੇਖ ਲਓ 29 ਦੇ 29 ਸੀਟਾਂ ਲੈ ਗਏ ਨੇ ਇੱਥੇ ਵੀ ਪੰਜਾਬ ਦੇ 36 ਸੀਟਾਂ ਲੈ ਗਏ ਨੇ ਕਿਸੇ ਵੀ ਏਰੀਆ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਨਗਰ ਨਿਗਮ ਕਿਤੇ ਹਰੀ ਨਹੀਂ ਨਗਰ ਕੌਂਸਲ ਕਿਤੇ ਹਰੀ ਨਹੀਂ ਔਰ ਉਹਨਾਂ ਦਾ ਜਿਹੜਾ ਰਿਜ਼ਲਟ ਆ ਉਹ ਇਤਨਾ ਅੱਛਾ ਰਿਜ਼ਲਟ ਆਣਾ ਔਰ ਕੈਪਟਨ ਸਾਹਿਬ ਨੇ ਫਿਰ ਦੁਬਾਰਾ ਬਾਈ ਦੇ ਵਿੱਚ ਆਪਣੀ ਸਰਕਾਰ ਲੈ ਕੇ ਆਣੀ ਹੈ ਔਰ ਕਿਵੇਂ ਸਰਕਾਰ ਆਣੀ ਆ ਇਹ ਸਾਡੇ ਐਮਸੀਆਂ ਦੇ ਰਾਹੀਂ ਕਿਉਂਕਿ ਸਾਨੂੰ ਲੋਕਾਂ ਨੇ ਪਸੰਦ ਕੀਤਾ ਲੋਕਾਂ ਨੇ ਪਸੰਦ ਕਿਉਂ ਕੀਤਾ ਕਿਉਂਕਿ ਅੱਗੇ ਅਸੀਂ ਵੱਧ ਚੜ ਕੇ ਕੰਮ ਕੀਤਾ ਲੋਕਾਂ ਦੇ ਵਿਕਾਸ ਕੀਤਾ ਲੋਕਾਂ ਦਾ ਔਰ ਲੋਕਾਂ ਨੇ ਇੱਕ ਦਮ ਹੀ ਪਲਟੀ ਮਾਰ ਕੇ ਸਰਕਾਰ ਨੂੰ ਫੇਰ ਬਾਈ ਵਿੱਚ ਲਿਆਣਾ ਐ ਐਮਸੀ ਸਾਹਿਬ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਆ ਜੇ ਸੁਖ ਤੇਜਾ ਮਿਹਰਬੰਦੇ ਹਨ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕਿ ਸਾਰੇ ਸਹਿਮਤ ਨਹੀਂ ਉਹ ਕੀ ਉਹ ਨਗਰ ਨਿਗਮ ਦੇ ਕੰਮ ਹੀ ਦੇਖਣਗੇ ਜਾਂ ਜਿੱਦਾਂ ਹੁਣ ਬੇਰੋਜ਼ਗਾਰੀ ਦਾ ਮੁੱਦਾ ਚੱਲ ਰਿਹਾ ਹੈ ਕੋਈ ਕਿਸਾਨੀ ਮੁੱਦਾ ਚੱਲ ਰਿਹਾ ਹੈ ਜਾਂ ਕੋਈ ਹੋਰ ਮੁੱਦਾ ਸਾਹਮਣੇ ਆਉਂਦਾ ਉਹਨੂੰ ਲੈ ਕੇ ਵੀ ਉਹ ਕੰਮ ਕਰਨਗੇ ਸ਼ਹਿਰ 'ਚ ਦੇਖੋ ਜੀ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ 'ਚ ਤੇ ਪਹਿਲਾਂ ਹੀ ਖੜੀ ਆ ਉਦੇ ਜੇ ਕੋਈ ਕਮੀ ਨਹੀਂ ਹੈਗੀ ਕਾਂਗਰਸ ਪਾਰਟੀ ਛਾਤੀ ਚੌੜੀ ਕਰਕੇ ਖੜੀ ਹੈ ਹਰ ਤਰ੍ਹਾਂ ਦੇ ਨਾਲ ਖੜੀ ਹੈ ਪਰ ਮੇਰੇ ਕਹਿਣ ਦਾ ਮਤਲਬ ਇਹੋ ਇੱਕ ਜੇਕਰ ਕਾਂਗਰਸ ਸਰਕਾਰ ਅੱਗੋਂ ਫੇਰ ਦੁਬਾਰਾ ਆਣੀ ਹੈ ਇਹ ਨਹੀਂ ਕਿ ਅਸੀਂ ਸਿਰਫ ਵਿਕਾਸ ਇਹੋ ਸੜਕਾਂ ਨਾਲੀਆਂ ਗਲੀਆਂ ਦੇ ਕਰਨਾ ਬਾਕੀ ਬੇਰੋਜ਼ਗਾਰੀ ਦੀ ਤੁਸੀਂ ਗੱਲ ਕਰ ਰਹੇ ਹੋ ਬੇਰੋਜ਼ਗਾਰੀ ਕੋਸ਼ਿਸ਼ ਇਹੋ ਕਰਨੀ ਹੈ ਕਿ ਬਟਾਲੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਅੱਛਾ ਰੁਜ਼ਗਾਰ ਦਿੱਤਾ ਜਾਵੇ ਏਸੀ ਨਾਲ ਐਮ ਸੀ ਕਸਤੂਰੀ ਲਾਲ ਕਾਲਾ ਜੀ ਜਿਹੜੇ ਕਿ ਵਾਰਡ ਨੰਬਰ 8 ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਹਨਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦਾ ਜੋ ਵੀ ਹੁਕਮ ਹੋਏਗਾ ਮੇਰ ਉਹਨੂੰ ਥਾਪਿਆ ਜਾਏਗਾ ਪਰ ਉਹਨਾਂ ਨੇ ਕਿਹਾ ਕਿ ਸੁਖ ਤੇਜਾ ਦੀ ਰਹਿਨਮਾਈ ਹੇਠ ਅਸੀਂ ਇਹ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਸਾਡੇ ਵਿਚਾਰ ਨਾਲ ਸਾਡਾ ਮੇਰ ਵੀ ਸੁਖ ਤੇਜਾ ਹੋਣਾ ਚਾਹੀਦਾ ਵੇਖਦੇ ਰਹੋ ਆ ਚੈਨਲ ਇੰਡੀਆ ਕ੍ਰਾਈਮ ਨਿਊਜ਼ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੋ India Group.